ਕੋਟਕਪੁਰਾ ਦੇ ਉਸੇ ਚੌਂਕ ਵਿੱਚ ਅੱਜ ਮੁੜ ਤੋਂ ਇਕੱਠ ਹੋਇਆ ਹੈ ਜਿੱਥੇ ਕਿ ਸੰਗਤ ਦੇ ਉੱਤੇ ਪੁਲਿਸੀਆ ਕਹਿਰ ਟਾਇਆ ਗਿਆ ਸੀਗਾ। ਦੋ ਸਿੱਖ ਨੌਜਵਾਨਾਂ ਦੀ ਮੌਤ ਵੀ ਹੋ ਗਈ ਸੀ। ਭਾਈ ਧਿਆਨ ਸਿੰਘ ਮਨ ਸਾਡੇ ਨਾਲ ਨੇ, ਬਰਗਾੜੀ ਮੋਰਚਾ ਸਰ ਤੁਸੀਂ ਬੜੀ ਸਫਲਤਾਪੂਰਵਕ ਚਲਾਇਆ ਹੈ, ਉਸ ਤੋਂ ਬਾਅਦ ਕੁਛ ਲੋਕ ਨਾਰਾਜ਼ ਹੋ ਗਏ ਸੀਗੇ, ਮੋਰਚਾ ਜਲਦੀ ਖਤਮ ਕਰ ਦਿੱਤਾ। ਕੋਈ ਨਾਰਾਜ਼ ਨਹੀਂ ਹੋਇਆ, ਸਾਡਾ ਪੰਥ ਸਾਡੇ ਨਾਲ ਹੈ। ਤੁਸੀਂ ਆਉਣ ਵਾਲੇ 8 ਦਿਨਾਂ 'ਚ ਵੇਖੋ ਪੰਜਾਬ 'ਚ ਕੀ ਹੋ ਰਿਹਾ। ਅੱਜ ਕੀ ਕੁਛ ਕੀਤਾ ਜਾਵੇਗਾ? ਅੱਜ ਬਿਲਕੁਲ, ਅੱਜ ਅਸੀਂ ਇੱਕ ਸੁਨੇਹਾ ਦੇਣ ਜਾ ਰਹੇ ਹਾਂ। ਅਸੀਂ ਇਸ ਜਗ੍ਹਾ ਤੋਂ ਕੰਮ ਸ਼ੁਰੂ ਹੋਇਆ ਸੀ ਔਰ ਦਮਦਮਾ ਸਾਹਿਬ ਅਸੀਂ ਜਾ ਰਹੇ ਹਾਂ। ਇਹ ਕੰਮ ਸ਼ੁਰੂ ਹੋਇਆ ਤਾਂ ਤੁਸੀਂ ਵੇਖੋ, ਜਿਵੇਂ ਬਰਗਾੜੀ ਮੋਰਚਾ ਪਹਿਲਾਂ ਸ਼ੁਰੂ ਹੋਇਆ ਸੀ, ਲੱਖਾਂ ਦੇ ਇਕੱਠ ਦੇ ਕੋਲ ਪਹੁੰਚਿਆ ਸੀ। ਪੂਰਾ ਪੂਰੀ ਕੌਮ, ਪੂਰਾ ਪੰਥ, ਪੂਰਾ ਪੰਜਾਬ ਨਾਲ ਜੁੜਿਆ ਸੀ। ਅੱਜ ਵੀ ਸਮਝਾਂਗੇ, ਸਾਡੀ ਇਹ ਜਿਹੜੀ ਆਵਾਜ਼ ਆ ਉਹਨੂੰ ਪੂਰਾ ਪੰਜਾਬ, ਪੂਰੀ ਕੌਮ ਸੁਣੂਗੀ ਔਰ ਇਹ ਪੌਦੇ 'ਤੇ ਡਟ ਕੇ ਪਹਿਰਾ ਦਊਗੀ ਔਰ ਇਹਨਾਂ ਦੇ ਤੱਪੜ ਰੋਲ ਦੂਗੀ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਰੋਲਿਆ ਉਹਨਾਂ ਦੇ ਤੱਪੜ ਰੋਲ ਦੂਗੀ ਪੰਜਾਬ ਦੀ। ਕੁਛ ਦਿਨ ਪਹਿਲਾਂ ਵੀ ਇੱਕ ਮਾਰਚ ਸ਼ੁਰੂ ਹੋਇਆ ਸੀਗਾ, ਉਸ ਤੋਂ ਬਾਅਦ ਅੱਡ ਅੱਡ ਹੋ ਗਏ ਨੇ ਲੋਕ। ਮਾਰਚ ਬਹੁਤ ਹੋਣਗੇ ਪਰ ਸਾਰੇ ਇੱਕੋ ਆਵਾਜ਼ ਦੇ ਰਹੇ ਨੇ, ਮਾਰਚ ਬਹੁਤ ਹੋਣਗੇ ਸਾਰਿਆਂ ਨੂੰ ਆਖਾਂ। ਮੈਂ ਤਾਂ ਕਹਿੰਦਾ ਵੀ ਪਿੰਡ ਪਿੰਡ ਦੇ ਵਿੱਚੋਂ ਮਾਰਚ ਚੱਲਣੇ ਚਾਹੀਦੇ। ਕੀ ਲੱਗਦਾ ਬਰਗਾੜੀ ਮੋਰਚੇ ਤਾਂ ਸਫਲਤਾ ਪ੍ਰਾਪਤ ਕਰੇਗਾ ਇਹ ਵੀ? ਹਾਂਜੀ, ਕੀ ਲੱਗਦਾ ਬਰਗਾੜੀ ਮੋਰਚੇ ਤਰ੍ਹਾਂ ਇਹ ਮਾਰਚ ਵੀ ਸਫਲਤਾ ਪ੍ਰਾਪਤ ਕਰੇਗਾ? ਬਿਲਕੁਲ ਬਿਲਕੁਲ, ਆਹ ਮਾਰਚ ਅੱਜ ਸ਼ੁਰੂ ਹੋ ਗਿਆ। ਜੜਾਂ ਪੁੱਟ ਕੇ ਰੱਖ ਦੂ, ਬਾਦਲ ਦੀਆਂ ਜਿਨ੍ਹਾਂ ਨੇ ਬਾਦਲ ਦਾ ਸਾਥ ਦਿੱਤਾ, ਜੜਾਂ ਪੁੱਟ ਕੇ ਰੱਖ ਦੂ ਅੱਜ ਦਾ ਮਾਰਚ, ਯਾਦ ਰੱਖਿਓ ਮੇਰੀ ਗੱਲ। ਹਾਂਜੀ, ਬਲਵੰਤ ਸਿੰਘ ਰਾਜੋਵਾਲ ਵੱਲੋਂ ਇੱਕ ਪੱਤਰ ਭੇਜਿਆ ਗਿਆ ਆਪਦੀ ਭੈਣ ਜੀ ਦੇ ਰਾਹੀਂ, ਉਹਦਾ ਜਵਾਬ ਰਾਜੋਵਾਲ ਦੀ ਭੈਣ ਦੇ ਸਕਦੀ ਆ, ਪਰ ਅਸੀਂ ਆਪਣਾ ਕੰਮ ਕਰ ਰਹੇ ਹਾਂ, ਸਾਡਾ ਕੰਮ ਲੋਕ ਵੇਖਣਗੇ। ਕੀ ਦਾਦੂਵਾਲ ਸਾਹਿਬ ਤੁਹਾਡੇ ਨਾਲ ਆਉਣਗੇ? ਬਿਲਕੁਲ ਆਉਣਗੇ, ਸਾਰਾ ਪੰਥ ਸਾਡੇ ਨਾਲ। ਕੁੱਲ ਮਿਲਾ ਕੇ ਜੋ ਹੈ ਮੋਰਚਾ ਦੀ ਅੱਜ ਸ਼ੁਰੂਆਤ ਇੱਥੇ ਮੁੜ ਤੋਂ ਕੀਤੀ ਗਈ ਹੈ। ਬਰਗਾੜੀ ਮੋਰਚੇ ਦਾ ਦੂਜਾ ਪਾਰਟ ਇਹ ਦੱਸਿਆ ਜਾ ਰਿਹਾ ਹੈ। ਭਾਈ ਧਿਆਨ ਸਿੰਘ ਮੰਡ ਇਸ ਦੀ ਅਗਵਾਈ ਕਰ ਰਹੇ ਨੇ ਅਤੇ ਕਿਹਾ ਹੈ ਕਿ ਇਹ ਮਾਰਚ ਜੋ ਹੈ ਸਰਕਾਰ ਦੀਆਂ ਜੋ ਉਮੀਦਵਾਰ ਨੇ, ਜੋ ਚਾਹੇ ਪੰਥ ਵਿਰੋਧੀ ਸਰਕਾਰਾਂ ਦੀ ਗੱਲ ਕੀਤੀ ਜਾਵੇ, ਉਹਨਾਂ ਲੋਕਾਂ ਦੀ ਗੱਲ ਕੀਤੀ ਜਾਵੇ ਜੋ ਪੰਥ ਦੀ ਵਿਰੋਧਤਾ ਕਰਦੇ ਰਹੇ ਨੇ, ਉਹਨਾਂ ਦੀ ਜੜ੍ਹਾਂ ਤੱਕ ਹਿਲਾਉਣ ਦੀ ਗੱਲ ਕਹੀ ਜਾ ਰਹੀ ਹੈ। ਪਰ ਫਿਲਹਾਲ ਜੋ ਹੈ ਇਸ ਮੰਚ 'ਤੇ ਵੀ ਜੋ ਹੈ ਜੋ ਸਿੱਖ ਆਗੂ ਨੇ, ਚਾਹੇ ਗੱਲ ਕੀਤੀ ਜਾਵੇ ਬਲਜੀਤ ਸਿੰਘ ਦਾਦੂਵਾਲ ਦੀ ਜਾਂ ਫਿਰ ਹੋਰ ਲੋਕਾਂ ਦੀ, ਉਹ ਲੋਕ ਇੱਥੇ ਦਿਖਾਈ ਨਹੀਂ ਦੇ ਰਹੇ ਨੇ। ਬੇਸ਼ੱਕ ਧਿਆਨ ਸਿੰਘ ਮੰਡ ਅਤੇ ਉਹਨਾਂ ਦੇ ਸਮਰਥਕ ਇੱਥੇ ਜੋ ਨੇ ਕੁਝ ਲੋਕ ਇੱਥੇ ਜ਼ਰੂਰ ਪਹੁੰਚੇ ਨੇ, ਪਰ ਵੇਖਦੇ ਹਾਂ ਕਿ ਇਸ ਤੋਂ ਬਾਅਦ ਜੋ ਹੈ ਇਹ ਮਾਰਚ ਅਗਲਾ ਕੋਈ ਸਟੈਪ ਲੈ ਕੇ ਕੋਈ ਵੱਡੀ ਕਾਮਯਾਬੀ ਹਾਸਲ ਕਰਦਾ ਹੈ ਜਾਂ ਫਿਰ ਇੱਕ ਇਤਿਹਾਸ ਹੀ ਬਣ ਕੇ ਰਹਿ ਜਾਵੇਗਾ। ਕੋਟਕਪੁਰਾ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।